ਅੰਮ੍ਰਿਤਸਰ ਨੇੜੇ ਕਸਬਾ ਨਸ਼ਹਿਰਾ ਕਲੋਨੀ ਵਿਖੇ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਨ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਭਗਵਾਨ ਵਾਲਮੀਕ ਕ੍ਰਾਂਤੀਕਾਰੀ ਮੋਰਚਾ ਸਮੂਹ ਪੰਚਾਇਤ ਨਸ਼ਹਿਰਾ ਵੱਲੋਂ ਸੰਗਤਾਂ ਲਈ ਕਈ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਗਏ। ਪ੍ਰਧਾਨ ਰਾਜੀਵ ਨਸ਼ਹਿਰਾ ਵੱਲੋਂ ਮੁੱਖ ਮਹਿਮਾਨ ਸਰਪੰਚ ਵਿਕਾਸ ਸੋਨੀ ਦੇ ਪਤਵੰਤੇ ਸੱਜਣਾਂ ਨੂੰ ਸਨਮਾਨਿਤ ਕੀਤਾ ਗਿਆ। ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਲਾਮਬੱਧ ਕੀਤਾ ਗਿਆ। ਰਾਜਾ ਕੋਟਲੀ ਦੀ ਖਾਸ ਰਿਪੋਰਟ। ਜੋ ਬੋਲੇ ਸੁਣ ਪਾਇਆ ਬੋਲ ਵਾਲੀ ਭਗਵਾਨ ਜੀ ਦੇ ਪਿੰਡ ਨਿਵਾਸੀਆਂ ਨੂੰ, ਸਾਰੇ ਸ਼ਹਿਰ ਵਾਸੀਆਂ ਨੂੰ, ਸਾਰੇ ਦੇਸ਼ ਵਾਸੀਆਂ ਨੂੰ ਪ੍ਰਗਟ ਦਿਵਸ ਦੀ ਬਹੁਤ ਬਹੁਤ ਲੱਖ ਲੱਖ ਵਧਾਈ ਦਿੰਦਾ ਹਾਂ। ਖਾਸ ਤੌਰ 'ਤੇ ਮੈਂ ਰਾਜੀਵ ਜੀ ਦਾ ਅਤੇ ਮੁਖਤਾਰ ਸਿੰਘ ਜੀ ਦਾ, ਜੋ ਹਰ ਸਾਲ ਦੀ ਤਰ੍ਹਾਂ ਇਸ ਨਸ਼ਹਿਰੇ ਕਲੋਨੀਆਂ ਵਿੱਚ ਭਗਵਾਨ ਜੀ ਦਾ ਇਹ ਜੋ ਮਨਾ ਰਹੇ ਨੇ ਵਾਲਮੀਕ ਦਿਵਸ। ਖਾਸ ਤੌਰ 'ਤੇ ਮੈਂ ਆਪਣੇ ਹਲਕੇ ਦੇ MLA ਸ਼੍ਰੀ ਸੁਨੀਲ ਦੱਤੀ ਜੀ ਦਾ, ਉਹਨਾਂ ਵੱਲੋਂ ਵੀ ਮੈਂ ਵਾਲਮੀਕ ਪ੍ਰਗਟ ਦਿਵਸ 'ਤੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਬੋਲ ਵਾਲਮੀਕ ਭਗਵਾਨ ਕੀ ਜੈ। ਸੋਨ ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ। ਸ਼੍ਰੀ ਸ਼੍ਰੀ 107 ਗੁਰੂ ਗਿਆਨਨਾਥ ਮਹਾਰਾਜ ਕੀ ਜੈ। ਮੈਂ ਰਜੀਵ ਸਿੰਘ ਨਸ਼ਹਿਰਾ, ਭਗਵਾਨ ਵਾਲਮੀਕ ਕ੍ਰਾਂਤੀਕਾਰੀ ਮੋਰਚਾ ਜਥੇਬੰਦੀ ਵੱਲੋਂ, ਜੋ ਕਿ ਇੱਥੇ ਪਿੰਡ ਵਾਸੀਆਂ ਬਹੁਤ ਬਹੁਤ ਲੱਖ ਲੱਖ ਵਧਾਈ ਹੋਵੇ, ਜੋ ਕਿ ਭਗਵਾਨ ਵਾਲਮੀਕ ਪ੍ਰਗਟ ਦਿਹਾੜੇ ਦੀ ਸਾਰੀ ਟੀਮ ਨੂੰ, ਸਾਡੇ ਜਥੇਬੰਦੀਆਂ ਨੂੰ, ਜੋ ਵੀ ਸਾਡੇ ਅਹੁਦੇਦਾਰ ਸਰਪੰਚ ਸਾਹਿਬ, ਸਾਡੇ ਵਿਕਾਸ ਜੀ ਆਈ, ਇਹਨਾਂ ਨੂੰ ਵੀ ਦਿਲੋਂ ਧੰਨਵਾਦ ਕਹਿੰਦੇ ਹਾਂ ਜੀ ਆਇਆਂ ਨੂੰ, ਔਰ ਲੱਖ ਲੱਖ ਵਧਾਈ ਹੋਵੇ ਸਾਰਿਆਂ ਨੂੰ ਜੀ। ਜੈ ਵਾਲਮੀਕ। ਸ਼੍ਰੀ ਸ਼੍ਰੀ 108 ਸਤਿਗੁਰੂ ਹਰੀਨਾਥ ਮਹਾਰਾਜ ਕੀ ਜੈ। ਸ਼੍ਰੀ ਸ਼੍ਰੀ 107 ਗੁਰੂ ਗਿਆਨਨਾਥ ਮਹਾਰਾਜ ਕੀ ਜੈ। ਗੁਰੂ ਵਾਲਮੀਕ ਭਗਵਾਨ ਕੀ ਜੈ। ਇਹ ਸਾਰੀ ਸੰਗਤ ਨੂੰ, ਸਾਰੇ ਵੀਰਾਂ ਭਰਾਵਾਂ ਨੂੰ ਮੈਂ ਵਧਾਈ ਦੇਣਾ ਪ੍ਰਗਟ ਦਿੰਦੀ। ਜੈ ਵਾਲਮੀਕੀ, ਜੈ ਵਾਲਮੀਕੀ ਭਗਵਾਨ ਕੀ। ਪ੍ਰਗਟ ਦਿਹਾਰਾ ਮਨਾ ਰਹੇ ਆ, ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਵਿਕਾਸ ਜੀ, ਸਾਡੀ ਜਿੰਨੀ ਪੰਚਾਇਤ ਆਈ ਆ, ਅਹੁਦੇਦਾਰਾਂ ਦਾ, ਜੋ ਇੱਥੋਂ ਦੇ ਪ੍ਰਬੰਧਕ ਆ, ਇਹਨਾਂ ਦਾ, ਸਾਰਿਆਂ ਦਾ ਹੀ ਮੈਂ ਧੰਨਵਾਦ ਕਰਦਾ ਹਾਂ। ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਮੈਂ ਸਾਰੇ ਹੀ ਪੰਜਾਬ ਨੂੰ, ਸਾਰੇ ਹਿੰਦੁਸਤਾਨ ਨੂੰ, ਸਾਰੇ ਹੀ ਸਾਧ ਸੰਗਤ ਨੂੰ ਵਧਾਈ ਦਿੰਦਾ ਹਾਂ ਕਿ ਬਹੁਤ ਪਵਿੱਤਰ ਦਿਹਾੜਾ ਹੈ ਮਹਾਰਾਜ ਜੀ ਦਾ ਅੱਜ ਦੇ ਦਿਨ ਦੀ। ਸਾਰੀ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ।
ਜਿੱਥੇ ਮੈਂ ਸਾਰੀ ਸਮੂਹ ਸਮਾਜ ਨੂੰ, ਸਾਰੇ ਪਿੰਡ ਵਾਸੀਆਂ ਨੂੰ, ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ। ਉੱਥੇ ਮੈਂ ਰਾਜੀਵ ਵੀਰ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਹਨੇ ਅੱਜ ਸਾਨੂੰ ਭਗਵਾਨ ਵਾਲਮੀਕਿ ਜੀ ਦੇ ਚਰਨਾਂ 'ਚ ਨਮਸਕਾਰ ਕਰਨ ਦਾ ਮੌਕਾ ਦਿੱਤਾ। ਮੈਂ ਸਾਰੇ ਸਮਾਜ ਨੂੰ ਇੱਕ ਵਾਰ ਫਿਰ ਤੋਂ ਵਧਾਈ ਦਿੰਦਾ, ਕਿਉਂਕਿ ਧਰਮ ਹਮੇਸ਼ਾ ਜੁੜਦਾ ਹੈ, ਤੋੜਦਾ ਨਹੀਂ। ਅਤੇ ਆਪਾਂ ਸਾਰਿਆਂ ਨੂੰ ਇਹ ਤਿਉਹਾਰ ਬੜਾ ਦਿਲ ਖੋਲ੍ਹ ਕੇ ਇੱਕ ਦੂਜੇ ਨਾਲ ਮਿਲ ਕੇ ਮਨਾਉਣਾ ਚਾਹੀਦਾ। ਮੈਂ ਫਿਰ ਤੋਂ ਸਾਰਿਆਂ ਵਧਾਈ ਦਿੰਦਾ ਅਤੇ ਭਾਈ ਰਾਜੀਵ ਦਾ ਧੰਨਵਾਦ ਕਰਦਾ। ਜੈ ਵਾਲਮੀਕਿ ਜੀ। ਇੰਡੀਆ ਕ੍ਰਾਈਮ ਨਿਊਜ਼, ਜੁਰਮ ਕੇ